ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਆ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਆ ਉਹ ਕਰਨ ਜਾ ਰਹੇ ਹਾਂ ਕਿ ਅੱਜ ਵਿਧਾਨ ਸਭਾ ਦਾ ਸੈਸ਼ਨ ਇਜਲਾਸ ਹੁਣ ਤੋਂ ਕੁਝ ਘੰਟਿਆਂ ਬਾਅਦ ਜਿਹੜਾ ਉਹ ਸ਼ੁਰੂ ਹੋ ਜਾਣਾ ਹੈ ਪਰ ਉਸ ਸੈਸ਼ਨ ਤੋਂ ਪਹਿਲਾਂ ਕੁਝ ਵੱਡੀਆਂ ਖਬਰਾਂ ਆਈਆਂ ਨੇ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਹੈਰਾਨ ਜ਼ਰੂਰ ਹੋ ਜਾਓਗੇ ਸੈਸ਼ਨ ਦੇ ਸੰਬੰਧ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਬੰਧ ਦੇ ਵਿੱਚ ਇਹ ਖਬਰਾਂ ਹੈਗੀਆਂ ਕੀ ਖਬਰਾਂ ਕੀ ਉਹ ਸਹੀ ਨੇ ਜਾਂ ਗਲਤ ਹੈ ਉਸ ਤੇ ਅਸੀਂ ਗੱਲਬਾਤ ਜਿਹੜੀ ਆ ਉਹ ਕਰਾਂਗੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਤੇ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਦੀਆਂ ਜਿਹੜੀਆਂ ਮੁਸ਼ਕਲਾਤਾਂ ਹਲੇ ਵੀ ਵਧੀਆਂ ਹੋਈਆਂ ਨੇ ਕਿਸੇ ਵੀ ਸਮੇਂ ਗਾਜ ਜਿਹੜੀ ਆ ਉਹ ਡਿੱਗ ਸਕਦੀ ਹੈ ਉਸ ਤੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅਣਖ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਅਰਕ ਸਾਹਿਬ ਵਿਧਾਇਕਾਂ ਦਾ ਜਿਹੜੇ ਮਾਮਲੇ ਜਿਹੜੇ ਉੱਠੇ ਸਭ ਤੋਂ ਪਹਿਲਾਂ ਉਹ ਤੇ ਆਪਾਂ ਗੱਲਬਾਤ ਕਰ ਲੈਂਦੇ ਹਾਂ ਕੁਝ ਦਿਨ ਪਹਿਲਾਂ ਡੀਸੀਪੀ ਦੇ ਨਾਲ ਜਿਹੜੀ ਹੱਥੋਂ ਪਾਈ ਹੋਈ ਸੀ ਵਿਧਾਇਕ ਰਮਨ ਅੰਗਰਾਲ ਦੀ ਉਹਦੇ ਵਿੱਚ ਜਿਹੜੇ ਰਿਟਾਇਰਡ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਦੀ ਜਿਹੜੀ ਇੱਕ ਜਥੇਬੰਦੀ ਹੈ ਉਹਦੇ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਸੀਗਾ ਕਿ ਵਿਧਾਇਕ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਇਨਸਾਫ਼ ਜਿਹੜਾ ਮਿਲਣਾ ਚਾਹੀਦਾ ਡੀਸੀਪੀ ਨੂੰ ਕਿਉਂਕਿ ਮੁਲਾਜ਼ਮਾਂ ਦਾ ਕਹਿੰਦੇ ਪੁਲਿਸ ਮੁਲਾਜ਼ਮਾਂ ਦਾ ਮੋਰਾਲ ਜਿਹੜਾ ਡਾਊਨ ਹੁੰਦਾ ਏਦਾਂ ਤਾਂ ਇਹ ਜਿਹੜਾ ਨਹੀਂ ਸੀ ਹੋਣਾ ਚਾਹੀਦਾ ਔਰ ਇਹ ਵਿਧਾਇਕ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਜਿੱਥੇ ਰਮਨ ਅਰੋੜਾ ਦੇ ਖਿਲਾਫ ਜਿਹੜਾ ਇਹ ਗੱਲਬਾਤ ਚੱਲ ਰਹੀ ਹੈ ਰਿਟਾਇਰਡ ਪੁਲਿਸ ਮੁਲਾਜ਼ਮਾਂ ਦੀ ਤਾਂ ਦੂਜੇ ਪਾਸੇ ਜਿਹੜੇ ਮੈਡੀਕਲ ਐਸੋਸੀਏਸ਼ਨ ਵਾਲੇ ਜਾਂ ਡਾਕਟਰ ਐਸੋਸੀਏਸ਼ਨ ਵਾਲੇ ਜਿਹੜੇ ਲੋਕ ਨੇ ਉਹ ਡਟੇ ਹੋਏ ਨੇ ਵਿਧਾਇਕ ਸ਼ੀਤਲ ਅੰਗਰਾਲ ਦੇ ਭਰਾ ਰਾਜਨ ਅੰਗਰਾਲ ਦੇ ਉਹ ਕਹਿੰਦੇ ਕਿ ਉਸੇ ਦਿਨ ਹੀ ਉਹਨਾਂ ਨੂੰ ਜਾ ਕੇ ਧੱਕੇ ਨਾਲ ਧਮਕਾਇਆ ਗਿਆ ਪਰਚਾ ਕੱਟਣ ਲਈ ਮਜਬੂਰ ਕੀਤਾ ਗਿਆ ਲੇਡੀ ਡਾਕਟਰ ਨੂੰ ਜਿਹੜਾ ਉਹ ਧਮਕਾਇਆ ਗਿਆ ਇਹੋ ਜਿਹੇ ਇਲਜ਼ਾਮ ਨੇ ਤਾਂ ਉੱਧਰ ਫੌਜਾ ਸਿੰਘ ਸਰਾਰੀ ਦਾ ਵੀ ਹਲੇ ਕੁਝ ਨਹੀਂ ਬਣਿਆ ਇਹਨਾਂ ਦੋਵਾਂ ਦਾ ਵੀ ਹਲੇ ਕੁਝ ਨਹੀਂ ਬਣਿਆ ਮਾਮਲੇ ਜਿਹੜੇ ਉਹ ਲਟਕ ਰਹੇ ਆ ਕਿਵੇਂ ਦੇਖਦੇ ਹੋ ਅਣਕੀ ਸਾਹਿਬ ਇਹ ਮਾਮਲੇ ਹੁਣ ਫਿਰ ਏਦਾਂ ਹੀ ਲਟਕਦੇ ਰਿਹਾ ਕਰਨਗੇ ਵਿਧਾਇਕ ਤੇ ਮੰਤਰੀ ਆਪਣੀ ਮਰਜ਼ੀ ਕਰਿਆ ਕਰਨਗੇ ਤੇ ਜੇ ਉਹਨਾਂ ਦੇ ਖਿਲਾਫ ਕੋਈ ਸ਼ਿਕਾਇਤ ਕਰਿਆ ਕਰੂਗਾ ਤਾਂ ਇਹ ਗੱਲ ਕਹਿ ਕੇ ਝਾੜ ਦਿੱਤਾ ਜਾਊਗਾ ਕਿ ਭਾਈ ਇਹ ਤਾਂ ਵਿਰੋਧੀਆਂ ਦੇ ਕਹੇ ਤੇ ਇਹ ਗੱਲ ਕਰ ਰਹੇ ਆ ਵਿਰੋਧੀਆਂ ਦੇ ਕਹਿਣ ਤੇ ਇਹ ਸਾਰੀਆਂ ਸਾਜ਼ਿਸ਼ਾਂ ਕਰ ਰਹੇ ਆ ਇਹੋ ਜਿਹੀਆਂ ਗੱਲਾਂ ਕਹਿ ਕੇ ਫਿਰ ਕੋਈ ਕਾਰਵਾਈ ਨਹੀਂ ਹੋਇਆ ਕਰੂਗੀ ਕਿ ਵਿਧਾਇਕ ਮਿਲਣ ਤੋਂ ਬਾਅਦ ਜਾਂ ਵਿਧਾਇਕ ਦਾ ਪਰਿਵਾਰਕ ਮੈਂਬਰ ਹੋਣਾ ਇੱਕ ਲਾਇਸੈਂਸ ਮਿਲ ਜਾਂਦਾ ਗੁੰਡਾਗਰਦੀ ਕਰਨ ਦਾ ਸੁਖਵਿੰਦਰ ਜੀ ਬੀਤੇ ਦਿਨਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਨੇ ਉਸਨਾਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘੱਟ ਆ ਪਰ ਵੱਡੀ ਗੱਲ ਇਹ ਆ ਕਿ ਸਰਕਾਰ ਦਾ ਉਹਨਾਂ ਘਟਨਾਵਾਂ ਦੇ ਪ੍ਰਤੀ ਕੋਈ ਵੀ ਅਸੀਂ ਕਹਿ ਸਕਦੇ ਕੋਈ ਹਾਂ ਪੱਖੀ ਜਾਂ ਐਕਸ਼ਨ ਵਾਲਾ ਕੋਈ ਮੂਡ ਜਿਹੜਾ ਨਜ਼ਰ ਨਹੀਂ ਆ ਰਿਹਾ ਕਿ ਸਰਕਾਰ ਉਸ ਮੁੱਦੇ ਨੂੰ ਕਿਸ ਤਰ੍ਹਾਂ ਲੈ ਰਹੀ ਹੈ ਇਹ ਜਿਹੜੀਆਂ ਦੋ ਘਟਨਾਵਾਂ ਦਾ ਤੁਸੀਂ ਜ਼ਿਕਰ ਕੀਤਾ ਆ ਬੜੀਆਂ ਮਹੱਤਵਪੂਰਨ ਘਟਨਾਵਾਂ ਨੇ ਚਾਹੇ ਉਹ ਰਿਟਾਇਰਡ ਪੁਲਿਸ ਅਫਸਰਾਂ ਦੀ ਮੰਗ ਪੱਤਰ ਵਾਲੀ ਗੱਲ ਹੋਵੇ ਤੇ ਚਾਹੇ PCMS ਐਸੋਸੀਏਸ਼ਨ ਜਿਹੜੀ ਆ ਸ਼ੀਤਲ ਅੰਗਰਾਲ ਦੇ ਭਰਾ ਰਮਨ ਅੰਗਰਾਲ ਦੇ ਖਿਲਾਫ ਜਿਹੜਾ ਮੋਰਚਾ ਖੁੱਲਿਆ ਚਾਹੇ ਉਹਦੀ ਗੱਲ ਹੋਵੇ ਤਾਂ ਦੋਵੇਂ ਘਟਨਾਵਾਂ ਤਾਂ ਕੁਦਰਤੀ ਤੌਰ ਤੇ ਜਿਹਨੇ ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਆ ਪਰ ਸਰਕਾਰ ਨੂੰ ਆਪਣਾ ਰੁੱਖ ਜਿਹੜਾ ਉਹ ਇਸ ਸੰਬੰਧ ਵਿੱਚ ਸਪਸ਼ਟ ਜਿਹੜਾ ਉਹ ਕਰਨਾ ਪਏਗਾ ਹੁਣ PCMS ਐਸੋਸੀਏਸ਼ਨ ਵੱਲੋਂ ਜਿਹੜੀ ਇੱਕ ਦਰਖਾਸਤ ਜਿਹੜੀ ਦਿੱਤੀ ਗਈ ਆ ਉੱਥੋਂ ਦੇ DCP ਨੂੰ ਤਾਂ ਉਸਦੇ ਸੰਬੰਧੀ SHO ਨੂੰ ਦਿੱਤੀ ਤੇ SHO ਨੇ ਉਹ ਅਜੇ ਐਪਲੀਕੇਸ਼ਨ ਜਿਹੜੀ ਹੋਲਡ ਕੀਤੀ ਆ ਕਿਉਂਕਿ ਅੱਜ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਚੱਲਣਾ ਤੇ ਇਹ ਸਮਝਿਆ ਜਾ ਰਿਹਾ ਕਿ ਸਰਕਾਰ ਵੱਲੋਂ ਅਮਨ ਅਰੋੜੇ ਦੀ ਜਿਹੜੀ ਡਿਊਟੀ ਆ ਉਹ ਲਾਈ ਗਈ ਹੈ ਕਿ ਦੋਵੇਂ ਧਿਰਾਂ ਦੇ ਵਿਚਕਾਰ ਇੱਕ ਆਮ ਸਹਿਮਤੀ ਜਿਹੜੀ ਬਣਾ ਦਿੱਤੀ ਜਾਵੇ ਤਾਂ ਪਰ ਰਮਨ ਅਰੋੜਾ ਜਿਹੜੇ ਨੇ ਅੱਜ ਵਿਧਾਨ ਸਭਾ ਦੇ ਜਿਹੜਾ ਵਿਸ਼ੇਸ਼ ਸਤਰ ਜਿਹੜਾ ਬੁਲਾਇਆ ਜਾਣਾ ਉਹਦੇ ਵਿੱਚ ਬਿਜੀ ਨੇ ਤੇ ਇਹ ਸਮਝਿਆ ਜਾ ਰਿਹਾ ਕਿ ਉਹ ਕਿ ਕੱਲ ਤੱਕ ਦਾ ਟਾਈਮ ਜਿਹੜਾ ਉਹਨਾਂ ਕੋਲ ਲਿਆ ਗਿਆ ਕਿ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਰਮਨ ਅਰੋੜਾ ਤੇ PCMS ਜਿਹੜੀ ਹੈਗੀ ਜਲੰਧਰ ਦੀ ਡਾਕਟਰਾਂ ਦੀ ਜਿਹੜੀ ਜਥੇਬੰਦੀ ਆ ਉਹਨਾਂ ਦੇ ਵਿਚਕਾਰ ਬੈਠ ਕੇ ਇਹ ਜਿਹੜਾ ਕੰਪਰੋਮਾਈਜ਼ ਉਹ ਕਰਵਾਇਆ ਜਾ ਸਕਦਾ ਤੇ ਉਸ ਤੋਂ ਬਾਅਦ ਜਿਹੜੀ ਗੱਲ ਹੋਵੇਗੀ ਉਹ ਵੇਖੀ ਜਾਏਗੀ ਬਾਕੀ ਦੀ DCP ਨੂੰ ਜਿਹੜਾ ਮੰਗ ਪੱਤਰ ਦਿੱਤਾ DCP ਨੇ ਜੇਕਰ ਸੁਖਿੰਦਰ ਜੀ ਕੋਈ ਗੱਲਬਾਤ ਕਰਦੀ ਹੁੰਦੀ ਜੀ ਜੇਕਰ ਉਹਨਾਂ ਵੱਲੋਂ ਕੋਈ ਕਾਰਵਾਈ ਹੋਣੀ ਹੁੰਦੀ ਤਾਂ ਸੁਖਵਿੰਦਰ ਜੀ ਫੇਰ ਸਮਝੌਤਾ ਜਿਹੜਾ ਸੀ ਜਿਸ ਤਰੀਕੇ ਨਾਲ ਨਰੇਸ਼ ਡੋਗਰੇ ਦੀ ਬੇਪਤੀ ਕਰਾਈ ਗਈ ਪਹਿਲਾਂ ਉਸਨੂੰ ਸੱਦਿਆ ਜਾਂਦਾ ਸੱਦਣ ਤੋਂ ਬਾਅਦ ਉਸਦੀ ਕੁੱਟਮਾਰ ਕੀਤੀ ਜਾਂਦੀ ਆ ਕੁੱਟਮਾਰ ਤੋਂ ਬਾਅਦ ਉਸਦਾ ਸਮਝੌਤਾ ਕਰਾਇਆ ਜਾਂਦਾ ਤੇ ਸਮਝੌਤਾ ਕਰਾਉਣ ਤੋਂ ਬਾਅਦ ਉਸਦੀ ਫਿਰ ਬਦਲੀ ਕਰ ਦਿੱਤੀ ਜਾਂਦੀ ਹੈ ਤਾਂ ਇਹ ਤੋਂ ਸਾਫ਼ ਤੇ ਸਪਸ਼ਟ ਰੂਪ ਦੇ ਵਿੱਚ ਇਹੋ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਆ ਮੇਰਾ ਖਿਆਲ ਇਹ ਜਿਹੜੀ ਅਫਸਰਸ਼ਾਹੀ ਆ ਖਾਸ ਤੌਰ ਤੇ ਪੁਲਿਸ ਦੀ ਇਹ ਵੀ ਮੇਰਾ ਖਿਆਲ ਵਿਧਾਇਕਾਂ ਦੇ ਸਾਹਮਣੇ ਗੋਡੇ ਜਿਹੜੀ ਟੇਕ ਚੁੱਕੀ ਆ ਤੇ ਸ਼ਾਇਦ ਫਿਰ ਮੁੱਖ ਮੰਤਰੀ ਸਾਹਿਬ ਦਾ ਕੋਈ ਇਦਾਂ ਦਾ ਰਵੱਈਆ ਇਸ ਤਰ੍ਹਾਂ ਦਾ ਹੈਗਾ ਕਿ ਜੋ ਵੀ ਹੁੰਦਾ ਹੋ ਵੀ ਜਾਵੇ ਅਸੀਂ ਆਪਣੇ ਵਿਧਾਇਕਾਂ ਨੂੰ ਨਾਰਾਜ਼ ਜਿਹੜਾ ਨਹੀਂ ਕਰਦਾ ਇਹ ਵੀ ਇੱਕ ਗੱਲ ਪੱਖ ਦਾ ਸਾਹਮਣੇ ਆਉਂਦਾ ਪਰ ਜੇਕਰ ਇਹ ਰੁਝਾਨ ਇਦਾਂ ਹੀ ਚੱਲਦਾ ਰਿਹਾ ਤਾਂ ਸੁਖਵਿੰਦਰ ਜੀ ਇੱਥੇ DC ਗੁਰਦੇਵ ਸਿੰਘ ਸੇਖੋ ਦੀ ਪਤਨੀ ਕੋਲ ਨਾਰਾਜ਼ ਹੋ ਕੇ ਘਰ ਚਲ ਜਾਂਦੀ ਹੈ ਕੱਲ ਨੂੰ ਜੇਕਰ ਇਸ ਤਰ੍ਹਾਂ ਅਫਸਰਸ਼ਾਹੀ ਸਾਰੇ ਘਰ ਬੈਠ ਗਈ
तो फिर सरकार का काम चलूगा किवें, प्रशासन किवें चलूगा। प्रशासन इस वेले लग रहा कि सत्ताधारी धिर दे दबा हेठ काम करता पाया। सब तो ज्यादा घटना दबा तो इतों सामने आ जाता कि एक पासे एक मान सत्कार वाले डीसीपी नरेश डोगरा की कुटमार की जाती है, बेशक वह गलत है ठीक है एक गल वक्री है, पर एक पुलिस अधिकारी की जेकर कुटमार होंगी है उसे की दोष ने की दोष नहीं एक अलग गल है। उस तो बाद कुटमार तो बाद उसका समझौता हो जाता, समझौता होने तो बाद फिर बदली कर दी जाती, तो अगला बंदा खुसकदा नहीं। सुखविंदर जी ये भी गल कहनी पे कि जिहड़ा नैक्सिस हैगा पुलिस अधिकारियों का विधायकों का आपसी उन्होंने भी तोड़न की जिहड़ी जरूरत हैगी है, क्योंकि ये नैक्सिस सामने आ गया कि नरेश डोगरा जिस तरीके की गल हुई है तो उस तरीके का सरकार को भी चाहिए कि अपने जिहड़े विधायकों ने उन्होंने भी कुंडा जिहड़ा सख्त रखे, तो दूजे पासे ये जिहड़ी अफसरशाही है जिहड़ी विधायकों ने जाके गोडे घुटदी है, क्योंकि दूसरे बन्ने तो एक बार भगवंत मान ने यह गल कही थी कि जिहड़े थाने होंगे पुलिस प्रशासन होगा विधायकों की दखल अंदाजी तो बिल्कुल मुक्त होगा। जेकर भगवंत मान को यह चाहिए कि अपने विधायकों के उत्ते लगाम लानी चाहिए कि तुम थाने के विच दखल अंदाजी नहीं करनी, तो दूजे पासे पुलिस प्रशासन के अधिकारियों को यह सचेत करना चाहिए तुहानू जाके किसी के भी गोडे घुटन की लोड़ नहीं है। जिस तरीके नाल जिहड़ा सी एमएलए जिहड़ा वह गल कह रहा है कि तू आ मेरे गोडे घुटे, कहण का अर्थ है कि भगवंत मान को इस वेले अपने विधायकों के उत्ते ते पुलिस प्रशासन के उत्ते जिहड़ी पकड़ है वह इस तरीके की रखनी चाहिए है कि उन्होंने किसी भी कामकाज दखल अंदाजी जी ना हो। पर जिस तरीके घटनावां सुखविंदर जी सामने आ रही कुदरती तौर पर सरकार की और सरकार के विधायकों की जी गलबात है वह सरकार को बैकफुट से लजा रही है। ये आम चर्चावां का विषय कि जो कुछ बीते दौर चुन रहा उ कुछ इन्होंने विधायकों ने हम दोबारा शुरू कर दिता। जे सरकार ने अपने अक्स स्थापित करना, जे अपना अक्स जो वाकया ही आम आदमी बंदा वाला रखना, तो जिथे विधायकों नथ पाने की लड़ है तो दूजे पर पुलिस अधिकारी जेड़े उन्होंने भी अपनी जिम्मेवारी का एहसास जरा करा देना चाहिए कि तुम केवल तो केवल जनता को जवाब दे जे ना कि किसी विधायक ना किसी मंत्री को, तो दूजे पास मंत्री की भी ड्यूटी या विधायक की भी ड्यूटी होनी चाहिए है कि तुम जनता के सेवक बने जे ना कि लोगों के अन्नदाता जी। बिल्कुल बिल्कुल। उधर अगली अहम खबर है अंकी साहब, अज विधानसभा का विशेष सैशन जरा चलन जा रहा है, तो हम पता लग्या कि जेड़े मते दे करके भरोसगी वाला मता लैके आने के करके सैशन जरा पहला रद्द कर दिता गया, बाद कुछ होर जेड़े आस के मते जेड़े आप कह दिए एजेंडे दस के सैशन की मंजूरी तो लै ली गई है, पर हम पता यह लग्या कि भरोसगी मता सरकार फिर लैके आ रही है और पता यह भी लग रहा है कि हो सकता है कि सैशन जरा लंबा भी चल सके। सुखविंदर जी जिहड़ा अज दा दिन बड़ा हंगामिया भरपूर दिन रहेगा, क्योंकि विधानसभा का वह विशेष इजलास अज सद्या गया जिस नूं लैके भगवंत मान की सरकार ते राजपाल दोवें जिहड़े आमो सामने ने, ते इहदे नाल ही नाल विरोधी धिर भी अपनी जिहड़ी कमान आ तैयारी वह भी करी बैठे ने। सो अज विधानसभा च ड्रामा जिहड़ा बड़ा वड्डे पद्धर ते होवेगा, वड्डे पद्धर तों कहण तों भाव कई वाकआउट करनगे, भाजपा वाले मोक सैशन चलाउणगे बाहर बैठ के, कांग्रसी नारे मारदे बाहर आ जाणगे, तो अंदर भगवंत मान फिर अपनी शक्ति का प्रदर्शन करेगा जिस तरीके की संभावना जिहड़ियां लग रही ने। हुण तुसीं इह गल कीती कि बेभरोसगी का मता जिहड़ा लिआउणा, सुखिंदर जी वह तो सरकार ने एक नक का जिद का मुद्दा बनाया, वह तो उन्होंने लिआउणा ही लिआउणा जो मर्जी हो जाए, बेशक जिस तरीके ने जी एस टी जां बिजली जां पराली के मुद्दों आधार बना के ये मंजूरी लै ली गई है, तो उहदे विच कल जिस तरीके नाल आपां गल कर रहे सां कि यह हो सकता कि कोई भी एम एल ए मौके पर ही वह जरा मुद्दा जो मता लिया सकता, तो अगों फिर कल जो स्पीकर होंगे ने विधानसभा के वह उन्होंने मर्जी होंगी है कि उस मते को उन्होंने प्रवानगी देनी है या नहीं देनी। हुण जो सूत्र दस रहे हैं या जो जानकारी साढ़े तक पहुंची है वो अनुसार यह है कि भगवंत मान खुद ही बेभरोसगी का मता जरा पेश करे, तो जे भगवंत मान बेभरोसगी का मता लैके आते हैं फिर कुदरती तौर पर कुलतार सिंह सदवां कदे भी इस गल नूं इग्नोर नहीं करनगे, क्योंकि समुची पार्टी इस मुद्दे पर एकमुठ जी नजर आ रही है। पर हुण प्रश्न दूसरे पासे यह है कि जिहड़ियां विरोधी धिरां ने उस इस मुद्दे नूं किवें लैंदियां ने, क्योंकि विरोधी धिर जिहड़ी मेन कांग्रेस हैगी है, कांग्रेस की इस मुद्दे का जो मता पाई होगा वाकआउट करूगी नारे मारूगी जां बहस विच हिस्सा लेगी, तो दूजे पासे भाजपा वालों जिस तरह पता लग गया कि उन्हें मॉक सैशन चलाउणा, असल च सरकार की योजना यह है कि विधानसभा दे विच बिठा के सारिया पार्टियां जिस तरीके ने चाहे वह कांग्रेस आ चाहे आम आदमी पार्टी है चाहे अकाली दी
ਜਿਹੜੇ ਇਕਲੌਤੇ ਇੱਕ ਦੋ ਵਿਧਾਇਕ ਹਨ, ਇਹਨਾਂ ਨੂੰ ਸਾਹਮਣੇ ਬਿਠਾ ਕੇ ਇੱਕ ਕਿਸਮ ਨਾਲ ਚੰਗਾ ਰੌਲਾ ਰੱਪਾ ਜਿਹੜਾ ਪਾਇਆ ਜਾ ਸਕੇ। ਅਸੀਂ ਸਿੱਧੇ ਸ਼ਬਦਾਂ 'ਚ ਕਹਿ ਦਈਏ ਕਿ ਇੱਕ ਜਲੀਲ ਕਰਨ ਦਾ ਤਰੀਕਾ ਆ ਕਿ ਜਿਸ ਤਰੀਕੇ ਨਾਲ ਬਾਹਰ ਭਗਵੰਤ ਮਾਨ ਨੂੰ ਟਾਰਗੇਟ ਕਰਦੇ ਰਹੇ ਨੇ ਵਿਰੋਧੀ ਧਿਰ ਵਾਲੇ, ਹੁਣ ਵਿਧਾਨ ਸਭਾ 'ਚ ਇਹਨਾਂ ਨੇ ਅੰਦਰ ਦਾ ਜਿਹੜਾ ਪ੍ਰੋਗਰਾਮ ਬਣਾਇਆ। ਪਰ ਸੁਖਵਿੰਦਰ ਜੀ ਗੱਲ ਇਹ ਹੈਗੀ ਆ ਕਿ ਜੇਕਰ ਤੁਹਾਨੂੰ ਕਿਸੇ ਕਿਸਮ ਦੀ ਲੋੜ ਨਹੀਂ ਸੀ ਇਹੋ ਜਿਹੇ ਮੁੱਦੇ ਦੀ ਬੁਲਾਉਣ ਦੀ, ਪਰ ਇਹ ਮੁੱਦਾ ਤੁਸੀਂ ਹੁਣ ਰੱਖ ਲਿਆ ਮਤਾ ਸਿਰਫ ਤੇ ਸਿਰਫ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਾ, ਵਿਰੋਧੀ ਧਿਰ ਕਿਸ ਤਰੀਕੇ ਨਾਲ ਨਹੀਂ, ਜੇ ਤੇ ਵਿਰੋਧੀ ਧਿਰ ਵਾਕਆਊਟ ਕਰ ਜਾਂਦੇ, ਆਮ ਤੌਰ ਤੇ ਵਿਰੋਧੀ ਧਿਰ ਵਾਕਆਊਟ ਹੀ ਕਰਨਾ, ਨਾਲੇ ਨੂੰ ਮਾਰ ਕੇ ਉਹਨਾਂ ਨੇ ਬਾਹਰ ਆ ਜਾਣਾ। ਪਰ ਸਰਕਾਰ ਜਿਹੜੀ ਆ ਇਸ ਮੁੱਦੇ ਤੋਂ ਕੀ ਖੱਟੇਗੀ ਇਹ ਸਮਝਦੀ ਹੁੰਦੀ, ਪਰ ਲੋਕੀ ਕੁਝ ਜਿਹੜੇ ਰਾਜਸੀ ਮਾਹਰ ਨੇ ਉਹਨਾਂ ਨਾਲ ਗੱਲ ਇਹ ਵੀ ਲੱਗੀ ਆ ਪਤਾ ਕਿ ਇਸ ਬੇਭਰੋਸਗੀ ਮਤਾ ਜਾਂ ਇਸ ਸੈਸ਼ਨ ਬੁਲਾਉਣ ਦਾ ਮੁੱਦਾ ਸਿਰਫ ਇਹ ਆ ਕਿ ਗੁਜਰਾਤ ਤੇ ਹਿਮਾਚਲ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ ਤੇ ਉਸ ਚੋਣਾਂ ਤੋਂ ਬਾਅਦ ਜਿਹੜਾ ਇੱਕ ਟਾਈਮ ਮਿਲੇਗਾ 6 ਮਹੀਨੇ ਅੱਗੇ ਤਰ ਜਾਣਗੇ, ਕਿਉਂਕਿ 6 ਮਹੀਨਿਆਂ ਦੇ ਵਿੱਚ ਇਹ ਸੈਸ਼ਨ ਜਿਹੜਾ ਦੁਬਾਰਾ ਨਹੀਂ ਬੁਲਾਇਆ ਜਾ ਸਕਦਾ ਜਿਸ ਤਰੀਕੇ ਨਾਲ ਕੁਝ ਸਿਆਸੀ ਮਾਹਰ ਇਹ ਗੱਲਾਂ ਕਹਿੰਦੇ ਨੇ। ਤੇ ਇਸ ਸੈਸ਼ਨ ਬੁਲਾਉਣ ਦਾ ਸਿਰਫ ਤੇ ਸਿਰਫ ਤੇ ਬੇਭਰੋਸਗੀ ਮਤੇ ਨੂੰ ਲਿਆਉਣ ਦਾ ਮਤਲਬ ਸਿਰਫ ਇਹੋ ਹੀ ਆ ਕਿ ਜੇਕਰ ਕੱਲ੍ਹ ਨੂੰ ਗੁਜਰਾਤ ਜਾਂ ਹਿਮਾਚਲ ਦੀਆਂ ਚੋਣਾਂ ਦੇ ਵਿੱਚ ਨਤੀਜੇ ਇਹਨਾਂ ਦੀ ਮਰਜ਼ੀ ਦੇ ਅਨੁਸਾਰ ਨਹੀਂ ਆਉਂਦੇ ਤੇ ਵਿਰੋਧੀ ਧਿਰ ਉਸ ਸਮੇਂ ਮੰਗ ਕਰਦੀ ਆ ਕਿ ਹਾਂ ਭਈ ਭਰੋਸਗੀ ਦਾ ਵੋਟ ਜਿਹੜਾ ਸ਼ਾਮਿਲ ਕੀਤਾ ਜਾਏ ਜਾਂ ਇਸ ਮੁੱਦੇ ਤੇ ਸਰਕਾਰ ਸਾਹਮਣੇ ਆਵੇ, ਪਰ ਜਦੋਂ ਉਹ ਚੋਣਾਂ 2 ਮਹੀਨਿਆਂ ਬਾਅਦ ਹੋਣੀਆਂ ਤਾਂ ਫਿਰ 4 ਮਹੀਨੇ ਦਾ ਜਿਹੜਾ ਸਮਾਂ ਇਹਨਾਂ ਨੂੰ ਮਿਲ ਜਾਣਾ ਆ। ਇਸ ਕਰਕੇ ਭਗਵੰਤ ਮਾਨ ਦੀ ਸਰਕਾਰ ਇਸ ਮੁੱਦੇ ਨੂੰ ਲਿਆਉਣ ਵਾਸਤੇ ਪੱਬਾਂ ਭਾ ਰਿਹਾ ਕਿ ਤਾਂ ਜੋ 6 ਮਹੀਨਿਆਂ ਦੇ ਵਿੱਚ ਬਾਅਦ 'ਚ ਆਪਣੀ ਸਥਿਤੀ ਜਿਹੜੀ ਆ ਉਹ ਸਪਸ਼ਟ ਜਿਹੜੀ ਕੀਤੀ ਜਾ ਸਕੇ ਜਾਂ ਆਪਣੀ ਸਥਿਤੀ ਬਚਾਈ ਜਾ ਸਕੇ। ਜੇਕਰ ਗੁਜਰਾਤ ਦੀਆਂ ਚੋਣਾਂ ਦੇ ਵਿੱਚ ਹਾਰ ਹੁੰਦੀ ਆ, ਹਿਮਾਚਲ ਦੀਆਂ ਚੋਣਾਂ 'ਚ ਹਾਰ ਹੁੰਦੀ ਆ, ਤਾਂ ਕੁਦਰਤੀ ਤੌਰ 'ਤੇ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੇ ਵਿੱਚ ਘੇਰੇਗੀ ਉਸ ਵਕਤ ਘੇਰੇਗੀ। ਉਹ ਚੀਜ਼ ਤੋਂ ਬਚਣ ਕਰਕੇ ਹੀ ਭਗਵੰਤ ਮਾਨ ਵੱਲੋਂ ਇਹ ਜਿਹੜੀ ਰਣਨੀਤੀ ਉਲੀਕੀ ਗਈ ਆ ਕਿ ਉਹ ਸਮਾਂ, ਕਿਉਂਕਿ ਫਿਰ 6 ਮਹੀਨੇ ਦਾ ਸਮਾਂ ਜਿਹੜਾ ਹੋ ਜਾਂਦਾ ਜਿਹੜਾ ਅਜਲਾਸ ਸੱਦਣ ਦਾ। ਸੋ ਇਸ ਕਰਕੇ ਅੱਜ ਦਾ ਦਿਨ ਸੁਖਵਿੰਦਰ ਜੀ ਬੜਾ ਹੰਗਾਮਿਆਂ ਭਰਪੂਰ ਵਿਧਾਨ ਸਭਾ 'ਚ ਰਹੇਗਾ, ਜਿੱਥੇ ਭਗਵੰਤ ਮਾਨ ਜਿਹੜੇ ਪਰਾਲੀ ਦਾ ਮੁੱਦਾ, ਬਿਜਲੀ ਦੇ ਮੁੱਦੇ ਦੇ ਉੱਤੇ ਸਵਾਲ ਜਵਾਬ ਹੋਣਗੇ, ਉਹ ਤਾਂ ਇੱਕ ਡਰਾਮਾਬਾਜ਼ੀ ਆ। ਪਰ ਵਿਰੋਧੀ ਧਿਰ ਦੂਜੇ ਪਾਸੇ ਇਹ ਵੀ ਹੋ ਸਕਦਾ ਕਿ ਬੀਤੇ ਦਿਨ ਜਰਮਨ ਵਿੱਚ ਹੋਣ ਵਾਲੀ ਜਿਹੜੀ ਘਟਨਾ ਜਦੋਂ ਆਹਮੋ ਸਾਹਮਣੇ ਬਹਿ ਕੇ ਗੱਲ ਹੋਣੀ ਆ, ਉਸ ਦਾ ਕੀ ਅਰਥ ਨਿਕਲਦਾ? ਕਵਰ ਵਿਜੇ ਪ੍ਰਤਾਪ ਵੱਲੋਂ ਕੀ ਬੇਅਦਬੀ ਦੇ ਮੁੱਦੇ ਵਿਚਾਰੇ ਜਾਣਗੇ? ਇਹ ਵੀ ਗੱਲ ਹੈਗੀ, ਕੇਵਲ 15 ਸਵਾਲ ਜਿਹੜੇ ਜਿਹੜਾ ਪ੍ਰਸ਼ਨ ਕਾਲ ਆ ਅੱਜ ਦੇ ਸੈਸ਼ਨ ਦੇ ਵਿੱਚ ਨਹੀਂ ਹੋਏਗਾ, ਕਿਉਂਕਿ ਪ੍ਰਸ਼ਨ ਕਾਲ ਵਿੱਚ ਇਹ ਹੁੰਦਾ ਕਿ ਹਰ ਵਿਧਾਇਕ ਨੇ 15 ਦਿਨ ਪਹਿਲਾਂ ਜਿਹਨੇ ਵੀ ਪ੍ਰਸ਼ਨ ਕਰਨੇ ਨੇ ਉਹ ਪ੍ਰਸ਼ਨ ਆਪਣੇ 15 ਦਿਨ ਤੋਂ ਪਹਿਲਾਂ ਭੇਜਣੇ ਹੁੰਦੇ ਆ, ਪਰ ਕੋਈ ਵੀ ਪ੍ਰਸ਼ਨ ਉੱਥੇ ਨਹੀਂ ਪਹੁੰਚੇ, ਕੇਵਲ 4 ਜਾਂ 5 ਸਵਾਲ ਹੀ ਉੱਥੇ ਪਹੁੰਚੇ ਨੇ ਜਿਹੜੇ ਸਨਮਾਨਯੋਗ ਸਪੀਕਰ ਸਾਹਿਬ ਤੋਂ। ਤਾਂ ਉਸ ਦੇ ਆਧਾਰ 'ਤੇ ਹੁਣ ਵੇਖਣਾ ਹੋਏਗਾ ਕਿ ਉਹ ਟਾਈਮ ਦਿੰਦੇ ਆ ਜਾਂ ਨਹੀਂ ਦਿੰਦੇ, ਇਹ ਇੱਕ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਹੋਗੀ। ਸੋ ਇਹ ਵੀ ਅੱਜ ਪ੍ਰਸ਼ਨ ਕਾਲ ਹੀ ਨਹੀਂ ਜਿਹੜਾ ਹੋਣਾ, ਤਾਂ ਉੱਥੇ ਅਜਿਹੇ ਅਹਿਮ ਮੁੱਦੇ ਵੀ ਨੱਪੇ ਰਹਿ ਜਾ ਸਕਦੇ ਆ ਜਿਨ੍ਹਾਂ ਦੇ ਸੰਬੰਧੀ ਆਪਾਂ ਹਮੇਸ਼ਾ ਗੱਲ ਕੀਤੀ ਆ, ਬੇਅਦਬੀ ਦਾ ਮੁੱਦਾ, ਬਰਗਾੜੀ ਕਾਂਡ ਦਾ ਮੁੱਦਾ, ਇਹੋ ਜਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਵਿਚਾਰਨ ਦੀ ਲੋੜ ਸੀ, ਉਹ ਮੁੱਦੇ ਜਿਹੜੇ ਨੇ ਬਿਲਕੁਲ ਲੰਬਾ ਵੀ ਹੋ ਸਕਦਾ ਸੈਸ਼ਨ। ਉਹ ਤਾਂ ਸੁਖਿੰਦਰ ਜੀ ਫਿਰ ਬਾਅਦ ਦੀਆਂ ਗੱਲਾਂ ਨੇ ਕਿ ਜੇਕਰ ਸਰਕਾਰ ਦਾ ਰੁਖ, ਜੇਕਰ ਸਰਕਾਰ ਅੱਜ ਮਤਾ ਲਿਆਉਂਦੀ ਆ ਤਾਂ ਕੁਦਰਤੀ ਤੌਰ ਤੇ ਅਗਲੇ ਦਿਨ ਫਿਰ ਆਪਣਾ ਸ਼ਕਤੀ ਪ੍ਰਦਰਸ਼ਨ ਕਰੇਗੀ ਕਿ ਹਾਂ ਭਈ ਅਗਲੇ ਦਿਨ ਹੋਰ ਮੁੱਦੇ ਵਿਚਾਰੇ ਜਾ ਸਕਣ। ਪਰ ਇਹਦੇ ਸੰਬੰਧੀ ਜਿਹੜੀਆਂ ਗੱਲ ਇਹ ਆ ਕਿ ਪਹਿਲਾਂ ਜਿਹੜਾ ਇਹ ਸੈਸ਼ਨ ਰੱਦ ਕੀਤਾ ਗਿਆ ਸੀ, ਉਹ ਸੈਸ਼ਨ ਇਸੇ ਕਰਕੇ ਰੱਦ ਕੀਤਾ ਸੀ, ਉਹ ਕਹਿੰਦੇ ਕਿ ਭਰੋਸੇਗੀ ਮਤਾ ਇਸ ਤਰੀਕੇ ਨਾਲ ਨਹੀਂ ਲਿਆਂਦਾ ਜਾ ਸਕਦਾ ਜਿੰਨਾ ਚਿਰ ਕੋਈ ਮੁੱਖ ਮੰਤਰੀ ਨੂੰ ਚੈਲੰਜ ਨਹੀਂ ਕਰ ਦਿੰਦਾ ਕਾਨੂੰਨੀ ਤੌਰ ਤੇ ਕਿ ਭਾਈ ਤੁਸੀਂ ਆਪਣੀ ਬਹੁਮਤ ਜਿਹੜੀ ਆ ਉਹ ਸਾਬਤ ਕਰੋ। ਇਸ ਤਰੀਕੇ ਦੇ ਨਾਲ ਜੇ ਕੋਈ ਕਰਦਾ ਫਿਰ ਤੁਸੀਂ ਲਿਆਉਂਦੇ ਹੋ, ਜੇ ਤੁਸੀਂ ਨਹੀਂ ਏਦਾਂ ਕੋਈ ਕਰਦਾ ਤੁਸੀਂ ਆਪਣੇ ਤੌਰ ਤੇ ਮਤਾ ਨਹੀਂ ਲਿਆ ਸਕਦੇ, ਜਿਹਦੇ ਕਰਕੇ ਇਹ ਜਿਹੜਾ ਕੈਂਸਲ ਕਰ ਦਿੱਤਾ ਗਿਆ ਸੀਗਾ, ਰੱਦ ਕਰ ਦਿੱਤਾ ਗਿਆ ਸੀ ਸੈਸ਼ਨ, ਤੇ ਬਾਅਦ ਦੇ ਵਿੱਚ ਕੁਝ ਹੋਰ ਏਜੰਡੇ ਦੱਸ ਕੇ ਉਹ ਸੈਸ਼ਨ ਦੀ ਮਨਜ਼ੂਰੀ ਜਿਹੜੀ ਉਹ ਲੈ ਗਈ ਐਨਕੀ ਸਾਹਿਬ। ਪਰ ਹੁਣ ਸਵਾਲ ਇੱਥੇ ਇਹ ਵੀ ਐਨਕੀ ਸਾਹਿਬ ਕਿ ਗੱਲ ਮਾਫ਼ ਕਰਨਾ ਮੈਂ ਤੁਹਾਨੂੰ ਗੱਲ ਲੈ ਜਾਂ, ਤੇ ਹੁਣ ਸਵਾਲ ਇੱਥੇ ਇਹ ਵੀ ਹੈ ਕਿ ਜੇਕਰ ਇਹ ਦੁਬਾਰਾ ਭਰੋਸਗੀ ਮਤਾ ਲਿਆਂਦਾ ਜਾਂਦਾ, ਪਹਿਲਾਂ ਰੱਦ ਕੀਤਾ ਗਿਆ ਸੈਸ਼ਨ, ਕੋਈ ਹੋਰ ਏਜੰਡੇ ਦੱਸ ਕੇ ਜਿਹੜਾ ਉਹ ਸੈਸ਼ਨ ਦੀ ਮਨਜ਼ੂਰੀ ਲੈ ਲਈ, ਤੇ ਫਿਰ ਜੇ ਬੇਭਰੋਸਗੀ ਮਤਾ ਇਸ ਆੜ ਦੇ ਵਿੱਚ ਲੈ ਕੇ ਆਉਂਦਾ ਹੈ ਤਾਂ ਕੀ ਲੱਗਦਾ ਕਿ ਸਰਕਾਰ ਫਿਰ ਮੁਸ਼ਕਲਾਤਾਂ ਦੇ ਵਿੱਚ ਨਹੀਂ ਘਿਰੇਗੀ, ਵਿਰੋਧੀ ਨਹੀਂ ਘਿਰਨਗੇ, ਜਾਂ ਫਿਰ ਨਾਲ ਇਹ ਵੀ ਹੈ ਕਿ ਏਜੰਡੇ ਹੋਰ ਦੱਸ ਕੇ ਉਹਦੀ ਆੜ ਦੇ ਵਿੱਚ ਬੇਭਰੋਸਗੀ ਮਤਾ ਲੈ ਕੇ ਆਉਣਾ, ਕੀ ਉਹਦੇ ਤੇ ਕੋਈ ਕਾਰਵਾਈ ਵੀ ਹੁੰਦੀ ਹੈ ਕਾਨੂੰਨੀ ਤੌਰ ਤੇ? ਸੁਖਵਿੰਦਰ ਜੀ, ਜੋ ਕੁਝ ਅੱਜ ਹੋਏਗਾ ਇਹ ਪਹਿਲੀ ਵਾਰੀ ਨਹੀਂ ਹੋ ਰਿਹਾ, ਜਿਸ ਤਰੀਕੇ ਨਾਲ ਵਿਰੋਧੀ ਧਿਰ ਕਹਿ ਰਹੀ ਹੈ ਜੀ ਪਹਿਲੀ ਵਾਰੀ ਹੋ ਰਿਹਾ ਜਾਂ ਪਹਿਲੀ ਵਾਰੀ, ਇਸ ਤਰ੍ਹਾਂ ਕਦੇ ਵੀ ਨਹੀਂ ਹੋਇਆ। ਇਹ ਸਰਕਾਰਾਂ ਇਸ ਤਰੀਕੇ ਨਾਲ ਕਰਦੀਆਂ ਰਹੀਆਂ ਨੇ। 1981 ਦੇ ਵਿੱਚ ਦਰਬਾਰਾ ਸਿੰਘ ਦੀ ਸਰਕਾਰ ਦੇ ਸਮੇਂ ਉੱਤੇ ਇੰਦਰਾ ਗਾਂਧੀ ਦੀ ਸਰਕਾਰ ਸੀ, ਇਸੇ ਤਰੀਕੇ ਨਾਲ ਸੈਸ਼ਨ ਚੱਲਦਾ ਪਿਆ ਸੀ, ਦਰਬਾਰਾ ਸਿੰਘ ਨੂੰ ਕਿਸੇ ਨੇ ਨਹੀਂ ਸੀ ਪੁੱਛਿਆ, ਦਰਬਾਰਾ ਸਿੰਘ ਨੇ ਇਸੇ ਤਰੀਕੇ ਨਾਲ ਲਿਆ ਕੇ ਮਤਾ ਆਪਣਾ ਪੇਸ਼ ਕਰਕੇ, ਪੰਜਾਬ ਵਿਧਾਨ ਸਭਾ ਦੀ ਮੈਂ ਗੱਲ ਕਰ ਰਿਹਾ, ਇਸੇ ਤਰੀਕੇ ਨਾਲ ਬੇਭਰੋਸਗੀ ਦਾ ਮਤਾ ਲਿਆਂਦਾ, ਦਰਬਾਰਾ ਸਿੰਘ ਨੇ ਪੇਸ਼ ਕੀਤਾ,
ਤੋਂ ਉਹ ਕੀਤਾ ਉਦੋਂ ਵੀ ਇਹੋ ਜਿਹਾ ਇੰਸੀਡੈਂਟ ਚੱਲਿਆ ਸੀ। ਸੋ ਸਰਕਾਰਾਂ ਦੇ ਉੱਤੇ ਇਹੋ ਜਿਹਾ ਕੋਈ ਵੀ ਅਸੀਂ ਕਹਿ ਸਕਦੇ ਹਾਂ ਸੰਵਿਧਾਨਕ ਜਿਹੜੀ ਕਾਨੂੰਨੀ ਜਾਂ ਇਸ ਤਰ੍ਹਾਂ ਦੀ ਨਹੀਂ ਹੁੰਦੀ, ਰੋਕ ਨਹੀਂ ਹੁੰਦੀ ਕਿ ਉਸ ਤਰੀਕਾ ਨਹੀਂ ਕਰ ਸਕਦੇ। ਇਹ ਬੀਤੇ ਦੌਰ ਦੇ ਵਿੱਚ ਵੀ ਹੁੰਦਾ ਰਿਹਾ ਤੇ ਅੱਜ ਵੀ ਉਸੇ ਤਰੀਕੇ ਨਾਲ ਹੋਵੇਗਾ। ਜਿਹੜੀ ਤੁਸੀਂ ਕਹਿ ਰਹੇ ਕਿ ਕਾਨੂੰਨੀ ਰੋਕ ਕੋਈ ਨਹੀਂ ਆ, ਕਾਨੂੰਨੀ ਰੋਕ ਇਹ ਆ ਕਿ ਜਿਸ ਤਰੀਕੇ ਨਾਲ ਬਰਮਾਲੀ ਨਾਲ ਪੁਰੋਹਿਤ ਜਿਹੜੇ ਨੇ ਪੰਜਾਬ ਦੇ ਗਵਰਨਰ ਦੇ, ਉਹਨਾਂ ਨੇ ਉਸ ਵਕਤ ਡੱਕ ਲਿਆ। ਹਾਲਾਂਕਿ ਬਹਾਨਾ ਉਹਨਾਂ ਨੇ ਇਹ ਲਾਇਆ ਕਿ ਮੈਨੂੰ ਪ੍ਰਤਾਪ ਸਿੰਘ ਬਾਜਵਾ ਦੀ ਚਿੱਠੀ ਹੈਗੀ, ਮੈਨੂੰ ਪ੍ਰਤਾਪ ਸਿੰਘ ਬਾਜਵਾ ਦੀ ਚਿੱਠੀ ਜਾਂ ਵਿਰੋਧੀ ਧਿਰ ਦੀਆਂ ਚਿੱਠੀਆਂ ਦੇ ਨਾਲ ਉਹ ਮਨਜ਼ੂਰੀ ਰੱਦ ਨਹੀਂ ਸੀ ਹੋਈ, ਉਹ ਜਿਹੜੀ ਕਮਾਂਡ ਸੀ ਉਹ ਉੱਪਰੋਂ ਖਿੱਚੀ ਗਈ ਸੀ ਦਿੱਲੀ ਕੇਂਦਰ ਤੋਂ। ਇਹ ਗੱਲ ਸਪਸ਼ਟ ਆ, ਉਹ ਬਨਵਾਰੀ ਲਾਲ ਪੁਰੋਹਿਤ ਨੇ ਉਸ ਵੇਲੇ ਮਨਜ਼ੂਰੀ ਰੱਦ ਕਰ ਦਿੱਤੀ। ਤੇ ਦੂਜੇ ਪਾਸੇ ਸੰਵਿਧਾਨਕ ਨਿਯਮ ਇਹ ਹੈ ਕਿ ਜਦੋਂ ਉਹ ਹੀ ਬਿੱਲ ਦੁਬਾਰਾ ਗਵਰਨਰ ਕੋਲ ਜਾਂਦਾ ਤਾਂ ਗਵਰਨਰ ਉਸਨੂੰ ਡੱਕ ਨਹੀਂ ਸਕਦਾ, ਗਵਰਨਰ ਨੇ ਸਾਈਨ ਕਰਕੇ ਫਿਰ ਭੇਜਣੇ, ਵਿੱਚ ਉਹਦੇ ਏਜੰਡਾ ਵੀ ਦੱਸ ਦਿੱਤਾ ਗਿਆ, ਉਹਨੂੰ ਪੇਸ਼ ਕਰ ਦਿੱਤਾ ਗਿਆ। ਤੇ ਹੁਣ ਜਿਸ ਤਰੀਕੇ ਨਾਲ ਅੱਜ ਦੀ ਇਹ ਗੱਲ ਤੁਸੀਂ ਕੀਤੀ ਹੈ, ਤੇ ਮੈਂ ਦੋ ਉਦਾਹਰਨਾਂ ਦਿੱਤੀਆਂ ਦਰਬਾਰਾ ਸਿੰਘ ਦੀ ਸਰਕਾਰ ਦੀ ਔਰ ਉਸ ਤੋਂ ਪਹਿਲਾਂ ਸਰਕਾਰ ਦੀ। ਇੱਕ ਸਰਕਾਰ ਉਦੋਂ ਵੀ ਇਸ ਤਰ੍ਹਾਂ ਹੋਇਆ ਕਿ ਜਦੋਂ ਬਿਨਾਂ ਕਿਸੇ ਕਾਰਨ ਤੋਂ ਬਿੱਲ ਜਿਹੜਾ ਪਾਸ ਕਰਤਾ, ਆਪਾਂ ਇਹ ਵੀ ਗੱਲ ਕਰਦੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ 2004 ਦੇ ਵਿੱਚ ਸਰਕਾਰ ਬਣਦੀ ਤੇ ਪਾਣੀਆਂ ਦੇ ਮੁੱਦੇ ਤੇ ਵਿਸ਼ੇਸ਼ ਅਜਲਾਸ ਸੱਦ ਕੇ ਇਸ ਮੁੱਦੇ ਨੂੰ ਵਿਚਾਰਦੇ, ਉਦੋਂ ਗਵਰਨਰ ਨੂੰ ਉਹਨੇ ਕੋਈ ਜਾਣਕਾਰੀ ਨਹੀਂ ਸੀ ਦਿੱਤੀ, ਹਾਲਾਂਕਿ ਕੇਂਦਰ ਦੇ ਵਿੱਚ ਵੀ ਸਰਕਾਰ ਜਿਹੜੀ ਕਾਂਗਰਸ ਪਾਰਟੀ ਦੀ ਸੀ। ਸੋ ਇਹ ਕਹਾਣੀਆਂ ਜਾਂ ਇਤਿਹਾਸ ਇਸ ਤਰ੍ਹਾਂ ਚੱਲਦਾ ਰਿਹਾ। ਅੱਜ ਇਹੋ ਹੀ ਚੱਕਰ ਜਿਹੜਾ ਅੱਜ ਦੁਬਾਰਾ ਇਹ ਇਤਿਹਾਸ ਜਿਹੜਾ ਵਿਧਾਨ ਸਭਾ 'ਚ ਦੁਹਰਾ ਜਾਏਗਾ, ਜਿੱਥੇ ਭਗਵੰਤ ਮਾਨ ਆਪਣੀ ਸਰਕਾਰ ਦਾ ਬਰੀਫ ਫਰੂਸਕੀ ਦਾ ਮਤਾ ਪੇਸ਼ ਜ਼ਰੂਰ ਕਰੂਗਾ, ਕਿਉਂਕਿ ਉਸਨੇ ਨੱਕ ਦਾ ਮੁੱਦਾ ਜਿਹੜਾ ਬਣਾਇਆ। ਹਾਲਾਂਕਿ ਇਸ ਦੀ ਜ਼ਰੂਰਤ ਹੈ ਜਾਂ ਨਹੀਂ ਹੈ ਇਹ ਉਹਨਾਂ ਨੇ ਵੇਖਣਾ, ਪਰ ਸਰਕਾਰ ਜਿਹੜੀ ਹੈ ਇਸ ਮੁੱਦੇ 'ਤੇ ਕਰ ਸਕਦੀ ਹੈ। ਇਹ ਬੀਤੇ ਦੌਰ 'ਚ ਵੀ ਹੁੰਦਾ ਰਿਹਾ, ਲੋਕ ਸਭਾ ਦੇ ਵਿੱਚ ਵੀ ਕਈ ਵਾਰੀ ਇਸ ਤਰ੍ਹਾਂ ਦੇ ਇੰਸੀਡੈਂਟ ਸਾਨੂੰ ਵੇਖਣ ਨੂੰ ਮਿਲੇ ਨੇ, ਖਾਸ ਤੌਰ 'ਤੇ ਮੋਦੀ ਸਰਕਾਰ ਦੇ ਸਮੇਂ। ਸੋ ਅਜਿਹੀਆਂ ਘਟਨਾਵਾਂ ਅਸੀਂ ਕਹੀਏ ਕਿ ਕਾਨੂੰਨੀ ਰੋਕ ਜਿਹੜੀ ਆ ਗਵਰਨਰ ਜਿਹੜੀ ਆ ਉਹ ਨਹੀਂ ਲਾ ਸਕਦਾ, ਰੌਲਾ ਰੱਪਾ ਜਿਹੜਾ ਜ਼ਰੂਰ ਪਏਗਾ, ਵਿਰੋਧੀ ਧਿਰ ਜਿਹੜੀ ਇਸ ਮੁੱਦੇ 'ਤੇ ਰੌਲਾ ਰੱਪਾ ਜ਼ਰੂਰ ਪਾਏਗੀ, ਕਿਉਂਕਿ ਵਿਰੋਧੀ ਧਿਰ ਕੋਲ ਹੁਣ ਕੁਝ ਹੈ ਕੱਖ ਨਹੀਂ, ਕਿਉਂਕਿ ਅੱਜ ਵਿਧਾਨ ਸਭਾ ਦੇ ਫਲੋਰ 'ਤੇ ਜਦੋਂ ਆਹਮੋ ਸਾਹਮਣੇ ਹੋਣਾ ਸੁਖਵਿੰਦਰ ਜੀ, ਉਦੋਂ ਸਥਿਤੀਆਂ ਫਿਰ ਤੱਥਾਂ ਦੇ ਆਧਾਰ 'ਤੇ ਗੱਲ ਹੁੰਦੀ ਆ, ਨਾ ਕਿ ਇਲਜ਼ਾਮਾਂ ਦੇ ਆਧਾਰ 'ਤੇ। ਹੁਣ ਜਿਹੜਾ ਉਹ ਸਾਰਾ ਇੰਸੀਡੈਂਟ ਜਿਹੜਾ ਵਿਧਾਨ ਸਭਾ ਦੇ ਫਲੋਰ 'ਤੇ ਸਪਸ਼ਟ ਹੋਏਗਾ ਕਿ ਕਿਹੜੀ ਧਿਰ ਕਿੰਨੇ ਪਾਣੀ 'ਚ, ਕਿਸ ਮੁੱਦੇ 'ਤੇ ਸਰਕਾਰ ਨੂੰ ਵਿਰੋਧੀ ਧਿਰ ਘਿਰਦੀ ਆ, ਤਾਂ ਸਰਕਾਰ ਕਿਸ ਤਰੀਕੇ ਨਾਲ ਇਹਨਾਂ ਤੋਂ ਬਚ ਕੇ ਆਪਣਾ ਪੱਖ ਜਿਹੜਾ ਸਪਸ਼ਟ ਕਰਦੀ ਹੈ। ਜੀ ਬਿਲਕੁਲ ਬਿਲਕੁਲ, ਤਾਂਕੀ ਸਾਹਿਬ ਦੇ ਚਰਨਾਂ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਤਾਂ ਦੇਖਦੇ ਹਾਂ ਹੁਣ ਤੋਂ ਕੁਝ ਦੇਰ ਬਾਅਦ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਜਾਣਾ ਲਾਈਵ ਟੈਲੀਕਾਸਟ, ਸਾਰੇ ਜਾਣਾ ਲੋਕ ਨਾਥ ਟੀਵੀ ਦੇ ਯੂਟਿਊਬ ਚੈਨਲ ਤੇ ਫੇਸਬੁੱਕ ਚੈਨਲ ਦੇ ਉੱਪਰ ਤੁਸੀਂ ਦੇਖ ਸਕੋਗੇ ਕਿ ਕੁਝ ਹੰਗਾਮਾ ਭਰਪੂਰ ਜਿਹੜਾ ਉਹ ਇਜਲਾਸ ਰਹਿੰਦਾ, ਉਹ ਵੀ ਤੁਹਾਨੂੰ ਜਿਹੜਾ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਦਿਖਾਵਾਂਗੇ। ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ, ਉਮੀਦ ਕਰਦੇ ਹਾਂ ਕਿ ਅਨਕੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਈ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।